ਜਿੱਦਾਂ ਗਿਲਜੇ ਘਰ ਹੈ ਉਹਦੇ ਵਿੱਚ ਬਹਿ ਕੇ ਆਪਣਾ ਪ੍ਰਚਾਰ ਕਰਨ, ਜਿਹੜਾ ਕਰਨ ਵਾਲਾ ਜਿਹੜਾ ਖੁੱਲ੍ਹੇ ਥਾਂ 'ਤੇ ਆ ਕੇ ਅਤੇ ਉਹ ਕਰਦੇ ਨੇ ਨਾ ਵੀ ਆਹ ਸ਼ੁਭ ਮੰਤਰ ਕੀਤਾ, ਉਹ ਵੀ ਸਾਡੇ ਭਾਈ ਆ, ਇਹ ਵੀ ਸਾਡੇ ਭਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਨਾਮ ਸਿੰਘ, ਨਿਹੰਗ ਸਿੰਘ, ਕੰਮ ਹੋ ਗਿਆ ਖਰਾਬ ਜਿਹੜਾ ਪਖੰਡ ਵਾਸਤੇ ਉਹਨਾਂ ਨੇ ਮੋਰਚਾ ਖੋਲ੍ਹਿਆ, ਉਹ ਇਹ ਆਉਂਦੇ ਆ ਵੀ ਉਹ ਵੀ ਸਾਡੇ ਭਾਈ ਆ, ਇਹ ਵੀ ਸਾਡੇ ਭਾਈ ਆ, ਅਤੇ ਰਲ ਮਿਲ ਕੇ ਇਹ ਨਿਬੇੜਿਆ ਜਾਏ ਅਤੇ ਪਖੰਡਵਾਦ ਨਾ ਕਰਨ, ਕਿਉਂਕਿ ਉੱਦਾਂ ਬਹਿ ਕੇ ਆਪਣਾ ਜਿੱਦਾਂ ਗਿਲਜੇ ਘਰ ਹੈ ਉਹਦੇ ਵਿੱਚ ਬਹਿ ਕੇ ਆਪਣਾ ਪ੍ਰਚਾਰ ਕਰਨ, ਜਿਹੜਾ ਕਰਨ ਵਾਲਾ ਜਿਹੜਾ ਖੁੱਲ੍ਹੇ ਥਾਂ 'ਤੇ ਆ ਕੇ ਅਤੇ ਉਹ ਕਰਦੇ ਨੇ ਨਾ ਵੀ ਆਹ ਸ਼ੁਭ ਮੰਤਰ ਕੀਤਾ ਉਹ ਠੀਕ ਹੋ ਗਿਆ ਅਤੇ ਕਿਸੇ ਦੀ ਲੰਗੇ ਦੀ ਲੱਤ ਠੀਕ ਹੋ ਗਈ ਕਿਸੇ ਦੀ, ਇਹ ਕਰਕੇ ਨਾ ਇਹ ਜਿਹੜਾ ਇਹ ਗਲਤ ਹੈ, ਹੁੰਦਾ ਠੀਕ ਹੋ ਨਹੀਂ, ਅਤੇ ਐਵੇਂ ਆਪਾਂ ਰੌਲਾ ਪਾ ਕੇ ਬਹਿ ਗਏ ਹਾਂ ਅਤੇ ਹੁਣ ਨਾ ਆਪਾਂ ਰਲ ਮਿਲ ਕੇ ਅਤੇ ਗੱਲ ਨੂੰ ਨਿਬੇੜੀ, ਜਿਹੜੇ ਪਰਚੇ ਪੁਰਚੇ ਹੋਏ ਆ ਉਹਨਾਂ ਨੂੰ ਰੱਦ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਨਕਲੀ ਪਾਸਟਰਾਂ ਵੱਲੋਂ ਸਿੱਖਾਂ ਨੂੰ ਜ਼ਬਰੀ ਈਸਾਈ ਬਣਾਉਣ ਵਾਸਤੇ ਇੱਕ ਪਖੰਡਵਾਦ ਦਾ ਸਹਾਰਾ ਜਿਹੜਾ ਲਿਆ ਜਾ ਰਿਹਾ, ਉਹ ਕੁਝ ਕੀਤਾ ਜਾ ਰਿਹਾ ਜਿਸ ਦੀ ਈਸਾਈਅਤ ਵੀ ਇਜਾਜ਼ਤ ਨਹੀਂ ਦਿੰਦੀ, ਔਰ ਸਿੱਖਾਂ ਨੂੰ ਗੁੰਮਰਾਹ ਕਰਕੇ, ਇਕੱਲੇ ਸਿੱਖਾਂ ਨੂੰ ਨਹੀਂ ਪੰਜਾਬ ਦੇ ਹਿੰਦੂਆਂ ਨੂੰ ਵੀ ਗੁੰਮਰਾਹ ਕਰਕੇ ਤੇਜ਼ੀ ਦੇ ਨਾਲ ਈਸਾਈ ਬਣਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਯਤਨ ਹੈ ਇਹ ਸਰਕਾਰ ਦੀ ਨੱਕ ਥੱਲੇ ਚੱਲ ਰਿਹਾ। ਨਿਹੰਗ ਸਿੰਘਾਂ ਵੱਲੋਂ ਪਿਛਲੇ 6 ਮਹੀਨਿਆਂ ਤੋਂ ਪੁਲਿਸ ਨੂੰ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸੀ ਕਿ ਸਾਡੇ ਇਲਾਕਿਆਂ ਦੇ ਵਿੱਚ ਇਹ ਲੋਕ ਜ਼ਬਰੀ ਧਰਮ ਪਰਿਵਰਤਨ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਨਹੀਂ ਕੀਤੀ। ਸਿੱਖ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹੈ, ਨਾ ਕਿਸੇ ਦੇ ਧਰਮ ਦੀਆਂ ਮਾਨਤਾਵਾਂ ਦੇ ਖਿਲਾਫ ਹੈ, ਸਿੱਖ ਪਖੰਡਵਾਦ ਦੇ ਖਿਲਾਫ, ਚਾਹੇ ਉਹ ਸਿੱਖਾਂ 'ਚ ਕਿਉਂ ਨਾ ਆਉਂਦਾ ਹੋਵੇ। ਤੇ ਜਦੋਂ ਆਪਣੇ ਪੱਧਰ ਦੇ ਉੱਤੇ ਕੁਝ ਨਿਹੰਗਾਂ ਸਿੰਘਾਂ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ, ਜਦੋਂ ਪ੍ਰਸ਼ਾਸਨ ਨੇ ਗੱਲ ਨਾ ਸੁਣੀ, ਸਰਕਾਰ ਦੇ ਕੰਨਾਂ 'ਤੇ ਜੂ ਨਾ ਸਰਕੀ, ਤੇ ਜਦੋਂ ਨਿਹੰਗਾਂ ਸਿੰਘਾਂ ਨੇ ਆਪਣੇ ਪੱਧਰ ਦੇ ਉੱਤੇ ਇਹਨਾਂ ਦੇ ਇਸ ਚਰਚਾ ਪ੍ਰੋਗਰਾਮ ਨੂੰ ਰੋਕਣ ਦਾ ਯਤਨ ਕੀਤਾ ਜਿਹਦੇ ਵਿੱਚ ਨਾਚ ਗਾਣੇ ਚੱਲ ਰਹੇ ਸੀ, ਦੰਭ ਫੈਲਾਇਆ ਜਾ ਰਿਹਾ ਸੀ, ਪਖੰਡ ਫੈਲਾਇਆ ਜਾ ਰਿਹਾ ਸੀ, ਤੇ ਰਾਤ ਪਤਾ ਲੱਗਿਆ ਕਿ ਇਹਨਾਂ ਨਿਹੰਗਾਂ ਸਿੰਘਾਂ ਦੇ ਉੱਤੇ 150 ਦੇ ਕਰੀਬ ਸਿੱਖਾਂ ਦੇ ਉੱਤੇ ਪਰਚੇ ਜਿਹੜੇ ਆ 295 ਧਾਰਾ ਤਹਿਤ ਜਿਹੜੀ ਆ ਉਹ ਦਰਜ ਕਰ ਦਿੱਤੇ ਗਏ, ਜੋ ਬਹੁਤ ਮੰਦਭਾਗਾ ਹੈ। ਪੰਜਾਬ ਦੀ ਧਰਤੀ ਦੇ ਉੱਤੇ ਜ਼ਬਰੀ ਧਰਮ ਪਰਿਵਰਤਨ ਜਿਹੜਾ ਹੈ ਉਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ।